ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਆਪਾਂ ਪਹੁੰਚੇ ਹਾਂ ਜੀ ਮੋਗਾ ਟਰੈਕਟਰ ਮੰਡੀ ਦੇ। ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ, ਕਈ ਥਾਵਾਂ 'ਤੇ ਸੀਜ਼ਨ ਝੋਨਾ ਲੋਕ ਵੱਢਣ ਵੀ ਲੱਗ ਗਏ ਅਤੇ ਕਈ ਥਾਵਾਂ 'ਤੇ ਹਜੇ ਕੋਈ 5-7 ਦਿਨਾਂ ਨੂੰ ਮਸ਼ੀਨਾਂ ਚੱਲਣੀਆਂ। ਉਸ ਹਿਸਾਬ ਨਾਲ ਜੇਕਰ ਆਪਾਂ ਟਰੈਕਟਰਾਂ ਦੀ ਸਥਿਤੀ ਵੇਖਦੇ ਹਾਂ ਜੀ, ਵੀ ਕੋਈ ਰੇਟ ਵਧਿਆ ਜਾਂ ਘਟਿਆ, ਵੀ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਨੇੜੇ, ਉਸ ਹਿਸਾਬ ਨਾਲ ਟਰੈਕਟਰਾਂ 'ਚ ਤੇਜ਼ੀ ਆਈ ਆ ਜਾਂ ਮੰਦੇ ਹੋਏ ਆ। ਆਪਾਂ ਚਲੋ ਪਹਿਲਾ ਟਰੈਕਟਰ ਲੈਂਦੇ ਹਾਂ ਜੀ, ਅਰਜਨਾ ਅਲਟਰਾ। ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਬਿਲਕੁਲ ਓਕੇ ਆ ਜੀ, ਫਰੰਟ ਵਾਲੇ ਟਾਇਰ ਵੀ ਬਿਲਕੁਲ ਓਕੇ ਆ ਜੀ। ਮਾਡਲ ਹੈਗਾ 2013 ਅਤੇ 4,10,000 ਰੁਪਇਆ ਡਿਮਾਂਡ ਹੈ ਜੀ। ਇੰਜਨ ਪੱਖੋਂ ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਜੀ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ, ਸਵਰਾਜ 735 FP। ਬਾਹਰ ਪੰਪ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ। 99 ਮਾਡਲ ਆ, 1,83,000 ਰੁਪਇਆ ਡਿਮਾਂਡ ਆ ਜੀ ਇਸ ਟਰੈਕਟਰ ਦੀ। ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ। ਉਸ ਤੋਂ ਬਾਅਦ ਆ ਗਿਆ ਜੀ ਅਰਜਨ ਅਲਟਰਾ, ਰੇਡੀਅਲ ਦੇ ਟਾਇਰਾਂ ਦੇ ਵਿੱਚ 2009 ਮਾਡਲ, 3,75,000 ਰੁਪਇਆ ਡਿਮਾਂਡ। ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, ਟਾਇਰ ਵੀ ਬਹੁਤ ਹੀ ਜ਼ਿਆਦਾ ਸਾਫ਼। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855। ਇੰਜਨ, ਗੇਅਰ ਅਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ, 2020 ਮਾਡਲ ਆ, 5,85,000 ਰੁਪਇਆ ਡਿਮਾਂਡ ਆ ਜੀ। ਬੈਕ ਸਾਈਡ ਜਿਹੜੇ ਇਹਦੇ ਹੈਗੇ ਆ ਜੀ 14 ਦੇ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, 2011 ਮਾਡਲ ਆ, 4,15,000 ਰੁਪਇਆ ਇਸਦੀ ਡਿਮਾਂਡ ਆ ਜੀ, PV ਨੰਬਰ ਆ ਜੀ। ਉਸ ਤੋਂ ਬਾਅਦ ਫਿਰ ਆ ਗਿਆ ਜੀ ਅਰਜਨ 2005 ਮਾਡਲ, ਅਤੇ 2,75,000 ਰੁਪਇਆ ਡਿਮਾਂਡ। ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਵੀ, ਅਤੇ ਜਿਹੜੇ ਹਿਸਾਬ ਨਾਲ ਮਾਡਲ ਇੰਨਾ ਪੁਰਾਣਾ, ਉਹ ਹਿਸਾਬ ਨਾਲ ਥੋੜ੍ਹਾ ਜਿਹਾ ਰੰਗ ਬੰਨ ਤੋਂ ਥੋੜ੍ਹਾ ਜਿਹਾ ਫਿੱਕਾ ਆ, ਕਿਉਂ ਇੰਜਨ ਉਂਜਨ ਲੀਕ ਕਿਦੋਂ ਨਹੀਂ ਗਾ ਜੀ। ਹਾਂਜੀ ਦੋਸਤੋ, ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 36। ਟਾਇਰ, ਇੰਜਨ ਪੱਖੋਂ ਪੂਰਾ ਟਰੈਕਟਰ ਸਾਫ਼ ਆ ਜੀ, 2010 ਮਾਡਲ ਆ, ਅਤੇ 3,60,000 ਰੁਪਇਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4x4 53-10, ਪੰਜਾਬ ਨੰਬਰ ਆ, PV02, ਅਤੇ 2016 ਮਾਡਲ ਆ, 7,35,000 ਰੁਪਇਆ ਡਿਮਾਂਡ ਆ ਜੀ। ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਜੀ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਟਰੈਕਟਰ ਜੌਂਡੀਅਰ 50-60E, PV02 ਨੰਬਰ ਆ ਜੀ, 2011 ਮਾਡਲ ਆ, 4,70,000 ਰੁਪਇਆ ਡਿਮਾਂਡ ਆ ਜੀ। ਇਹ ਵੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ, 2002 ਮਾਡਲ ਆ, 1,85,000 ਰੁਪਇਆ ਡਿਮਾਂਡ ਆ ਜੀ। ਬੈਕ ਟਾਇਰ ਬਿਲਕੁਲ ਖਤਮ ਆ ਜੀ, ਅਗਲੇ ਟਾਇਰ ਡੰਗਾ ਜਿਹਾ ਲਾਉਂਦੇ ਆ ਜੀ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 735, ਇਹ ਗਈ ਮਾਡਲ 96, 1,70,000 ਰੁਪਇਆ ਡਿਮਾਂਡ ਆ ਜੀ। ਚਾਰੇ ਟਾਇਰ JK ਦੇ ਆ ਜੀ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਟਾਇਰ ਆ ਜੀ। ਹਾਂਜੀ ਦੋਸਤੋ, ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855, ਬੈਕ ਟਾਇਰ ਇਹਦੇ ਜੀ ਖਤਮ ਹੀ ਆ, ਅਗਲੇ ਟਾਇਰ ਡੰਗਾ ਜਿਹਾ ਲਾਉਂਦੇ ਆ। 93 ਮਾਡਲ ਆ, 2,10,000 ਰੁਪਇਆ ਡਿਮਾਂਡ ਆ। ਬਾਕੀ ਇੰਜਨ ਗੇਅਰ ਦਾ ਟਰੈਕਟਰ ਸਾਫ਼ ਆ ਜੀ, ਲੀਕਿੰਗ ਸ਼ੀਕਿੰਗ ਕਿਸੇ ਪਾਸੋਂ ਹੈ ਨਹੀਂ ਗੀ, ਸਿਰਫ ਇਕੱਲੀ ਟਾਇਰਾਂ ਦੀ ਕਮੀ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਅਰਜਨ,
2007 ਮਾਡਲ ਆ, 2,75,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ ਆ, ਟਾਇਰ ਇਹਦੇ ਵੀ ਪਿਛਲੇ ਥੋੜ੍ਹੇ ਜਿਹੇ ਘਾਸੇ ਪਏ ਆ। ਅਤੇ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 735, ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, ਚਾਰੇ ਟਾਇਰ ਬਿਲਕੁਲ ਓਕੇ ਆ ਜੀ, 98 ਮਾਡਲ ਆ, 1,85,000 ਰੁਪਇਆ ਸੀ ਡਿਮਾਂਡ। ਉਸ ਤੋਂ ਬਾਅਦ ਅਗਲਾ ਗਿਆ ਜੀ ਫਾਰਮ ਟਰੈਕ 60 ਦਾ, 98 ਮਾਡਲ, 2,36,000 ਰੁਪਇਆ ਡਿਮਾਂਡ ਆ, ਟਾਇਰਾਂ ਦੀ ਕੰਡੀਸ਼ਨ ਚਾਰਾਂ ਦੀ ਬਿਲਕੁਲ ਓਕੇ ਆ, ਅਤੇ ਇੰਜਨ ਗੇਅਰ ਦਾ ਵੀ ਸਾਫ ਆ ਟਰੈਕਟਰ ਜੀ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 724, ਇਹ ਟਰੈਕਟਰਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਜੀ, 96 ਮਾਡਲ, 1,35,000 ਰੁਪਇਆ ਡਿਮਾਂਡ ਆ ਜੀ, ਅਗਲੇ ਟਾਇਰ ਬਿਲਕੁਲ ਨਵੇਂ ਆ ਜੀ, ਅਤੇ ਪਿਛਲੇ ਟਾਇਰ ਹੈਗੇ ਤਾਂ ਹੈ 30-40 ਪੈਸੇ ਪਰ ਕੱਟ ਜੇ ਲੱਗੇ ਹੋਏ ਆ, ਜਿਵੇਂ ਆਪਾਂ ਕਹਿ ਦਈਏ ਵੱਟਿਆਂ ਵੁੱਟਿਆਂ 'ਤੇ ਚੱਲਿਆ ਲੱਗਦਾ। ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੈਕ 60 ਦਾ, ਡਬਲ ਕਲੱਚ, ਅਤੇ 98 ਮਾਡਲ ਆ, 1,65,000 ਰੁਪਇਆ ਡਿਮਾਂਡ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ, ਸਾਫ ਸੁਥਰੀ ਕੰਡੀਸ਼ਨ ਦੇ ਟਾਇਰ ਆ ਜੀ, ਬੈਕ ਵਾਲੇ ਅਗਲੇ ਥੋੜ੍ਹੇ ਜਿਹੇ ਘਾਸੇ ਪਏ ਹੋਏ ਨੇ। ਲਓ ਬਈ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 2,275, 92 ਮਾਡਲ ਆ ਜੀ, 1,18,000 ਰੁਪਈਆ ਇਸ ਦੀ ਡਿਮਾਂਡ ਆ, ਟਾਇਰਾਂ ਦੀ ਕੰਡੀਸ਼ਨ 50 ਪੈਸੇ ਆ ਜੀ, ਫਰੰਟ ਵਾਲੇ ਟਾਇਰਾਂ ਦੀ ਹੈਗੀ ਆ 20-30 ਪੈਸੇ, ਅਤੇ ਬਾਕੀ ਇੰਜਨ ਵੱਲੋਂ ਟਰੈਕਟਰ ਪੂਰਾ ਸਾਫ ਸੁਥਰਾ ਜੀ, ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60, ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, ਟਾਇਰ ਇਹਦੇ ਹੈਗੇ ਜੀ 60-70 ਪੈਸੇ, 98 ਮਾਡਲ ਆ, 2,10,000 ਰੁਪਈਆ ਇਸ ਦੀ ਡਿਮਾਂਡ ਆ, ਬਾਕੀ ਇੰਜਨ ਅਤੇ ਗੇਅਰ ਵਾਲੇ ਪਾਸੋਂ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 744, ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ, ਜੇਕਰ ਤੁਸੀਂ ਵੇਖੀਏ ਬੈਕ ਟਾਇਰ ਜਿਹੜੇ ਇਹਦੇ ਆ ਜੀ, ਸਾਈਜ਼ ਹੈਗਾ 14x28 ਦਾ, ਇੰਜਨ ਗੇਅਰ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ, ਅਤੇ ਇਹ ਮਾਡਲ ਦੀ ਗੱਲ ਕਰੀਏ 2004 ਮਾਡਲ ਆ ਜੀ, 2,45,000 ਰੁਪਈਆ ਡਿਮਾਂਡ ਆ, ਅਤੇ ਟਾਇਰ ਜਿਹੜੇ ਬੈਕ ਟਾਇਰ ਆ ਜੀ ਉਹ ਹੈਗੇ 40-50 ਪੈਸੇ, ਅਤੇ ਫਰੰਟ ਵਾਲੇ ਟਾਇਰ ਤਾਂ ਜੀ ਨਵਿਆਂ ਦੇ ਬਰਾਬਰ ਜੇ ਹੀ ਆ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਫਾਰਮ 60, 2004 ਮਾਡਲ, 2,45,000 ਰੁਪਈਆ ਡਿਮਾਂਡ ਆ ਜੀ, ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ, ਸਾਫ ਸੁਥਰੀ ਕੰਡੀਸ਼ਨ ਦੇ ਟਾਇਰ ਆ ਜੀ, ਇੰਜਨ ਗੇਅਰ ਦਾ ਵੀ ਟਰੈਕਟਰ ਸਾਫ ਆ ਜੀ, ਕਿਉਂਕਿ ਉਦੋਂ ਪਤਾ ਲੱਗ ਜਾਂਦਾ ਹੁੰਦਾ ਜੀ ਲਿਪਾ ਪੂੰਜੀ ਕੀਤੀ ਦਾ, ਇਹ ਪੰਜਾਬ ਨੰਬਰ ਟਰੈਕਟਰ ਆ ਜੀ, ਜਿਹੜਾ ਆਪਾਂ ਸਵਰਾਜ 744 ਦਿਖਾਇਆ ਸੀ ਇਹ ਵੀ ਪੰਜਾਬ ਨੰਬਰ ਆ ਜੀ, ਫਾਰਮ 60 ਵੀ ਪੰਜਾਬ ਨੰਬਰ ਆ ਜੀ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਸਵਰਾਜ 735, ਇਹ ਹਰਿਆਣਾ ਨੰਬਰ ਆ ਜੀ, 98 ਮਾਡਲ ਆ ਜੀ, ਅਤੇ 1,50,000 ਰੁਪਈਆ ਡਿਮਾਂਡ ਆ ਜੀ, ਬੈਕ ਟਾਇਰ 50 ਕੁ ਪੈਸੇ, ਜਾਣੀ ਕਿ ਚਾਰੇ ਟਾਇਰ ਹੈਗੇ ਆ ਜੀ 50-60 ਪੈਸੇ, ਬਾਕੀ ਇੰਜਨ ਉਂਜਨ ਵਾਲੇ ਪਾਸੋਂ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ 69, 98 ਮਾਡਲ, 2,48,000 ਰੁਪਈਆ ਡਿਮਾਂਡ ਆ, ਪੰਜਾਬ ਨੰਬਰ ਆ ਜੀ, PB30 ਮੁਕਤਸਰ ਦਾ, ਅਤੇ ਇੰਜਨ ਗੇਅਰ ਦਾ ਸਾਫ ਸੁਥਰਾ ਕੰਡੀਸ਼ਨ ਰਹੇ। ਉਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ, ਪੂਰੇ ਉੱਚੇ ਮਾਡਲ ਦਾ ਟਰੈਕਟਰ ਹੈ ਜੀ ਇਹ, 16x28 ਦੇ ਟਾਇਰ, 2020 ਮਾਡਲ ਆ, ਅਤੇ 7,00,000 ਰੁਪਈਆ ਪੂਰੀ ਡਿਮਾਂਡ ਆ, ਚਾਰੇ ਟਾਇਰ ਬਿਲਕੁਲ ਓਕੇ ਆ ਜੀ, ਸਾਈਡ ਗੇਅਰ ਆ ਗਿਆ ਜੀ। ਹਾਂਜੀ ਦੋਸਤੋ, ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ DI 60 ਦਾ,
ਥ੍ਰੀ ਸਪੀਡ ਟਰੈਕਟਰ ਆ ਜੀ, 2019 ਮਾਡਲ ਆ, 6,35,000 ਰੁਪਈਆ ਡਿਮਾਂਡ ਆ ਜੀ, ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ। ਬੈਕ ਟਾਇਰ ਜਿਹੜੇ ਇਹਦੇ ਹੈਗੇ ਆ ਜੀ 16-9-28 ਦੇ ਆ, ਸਾਈਡ ਗੇਅਰ ਥ੍ਰੀ ਸਪੀਡ, ਫੰਕਸ਼ਨ ਪੂਰੇ ਓਕੇ ਜੀ। ਅਤੇ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਸੋਨਾਲੀਕਾ 750 ਦਾ RX, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ, ਇਹ ਵੀ 2018 ਮਾਡਲ ਆ, 4,98,000 ਰੁਪਈਆ ਡਿਮਾਂਡ ਆ ਜੀ। ਅਤੇ ਸਾਈਡ ਗੇਅਰ ਹੈ ਜੀ ਇਹਦੇ, ਬੈਕ ਵਾਲੇ ਟਾਇਰ ਆ ਜੀ ਜਿਹੜੇ ਦੇ 14-9-28 ਦੇ ਆ, ਗੁੱਡ ਕੰਡੀਸ਼ਨ ਦੇ ਵਿੱਚ ਓਕੇ ਟਰੈਕਟਰ ਹੈ ਜੀ। ਉਸ ਤੋਂ ਬਾਅਦ ਫਿਰ ਅਗਲਾ ਆ ਗਿਆ ਜੀ ਸੋਨਾਲੀਕਾ DI-60 ਦਾ, ਇਹ ਵੀ ਮੇਰੇ ਹਿਸਾਬ ਨਾਲ ਥ੍ਰੀ ਸਪੀਡ ਹੀ ਲੱਗਦਾ ਜੀ ਮੈਨੂੰ, ਬਾਕੀ ਆਪਾਂ ਉੱਤੇ ਲਿਖਿਆ ਵੇਖ ਲੈਂਦੇ ਹਾਂ। JK ਸੋਨਾ ਦੇ ਟਾਇਰ ਆ ਜੀ, ਬੈਕ ਟਾਇਰ 16-9-28 ਦੇ ਆ, ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਆਈ, ਥ੍ਰੀ ਸਪੀਡ ਟਰੈਕਟਰ ਆ, 2020 ਮਾਡਲ ਆ, 6,70,000 ਰੁਪਈਆ ਡਿਮਾਂਡ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ। ਬਾਕੀ ਦੀ ਵੀਡੀਓ ਦੇ ਵਿੱਚ ਵੇਖਦਾ। ਅਗਲਾ ਟਰੈਕਟਰ ਆ ਗਿਆ ਮਹਿੰਦਰਾ 475 DI, 2000 ਮਾਡਲ ਆ, 2,20,000 ਰੁਪਈਆ ਡਿਮਾਂਡ ਆ, ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ, ਅਤੇ ਇੰਜਣ ਗੇਅਰ ਦਾ ਵੀ ਸਾਫ਼ ਟਰੈਕਟਰ ਲੱਗਦਾ ਜੀ, ਐਂ ਲੱਗਦਾ ਜਿਵੇਂ ਇੱਕ ਹੱਥ ਚੱਲਿਆ ਹੁੰਦਾ ਜੀ। ਬਾਕੀ ਉਸ ਤੋਂ ਬਾਅਦ ਆ ਗਿਆ ਜੀ ਪ੍ਰੀਤ 2013 ਮਾਡਲ, 3,65,000 ਰੁਪਈਆ ਡਿਮਾਂਡ ਆ, ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਬੈਕ ਟਾਇਰ ਇਹਦੇ ਹੈਗੇ ਜੀ 14-9-28 ਦੇ, ਗੁਡੀਅਰ ਦੇ ਟਾਇਰ ਆ, ਇੰਜਣ ਗੇਅਰ ਦਾ ਇਹ ਵੀ ਟਰੈਕਟਰ ਬਿਲਕੁਲ ਸਾਫ਼ ਆ ਜੀ, ਕੋਈ ਲਿਪਾ ਪੂੰਜੀ ਨਹੀਂ ਕੀਤੀ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ। ਚਲੋ ਬਾਕੀ ਆਪਾਂ ਹੋਰ ਵੀ ਟਰੈਕਟਰ ਦੇਖਦੇ ਹਾਂ। ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 960, ਬੈਕ ਟਾਇਰ ਇਹਦੇ ਹੈਗੇ ਜੀ 16-9-28 ਦੇ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਮਾਡਲ ਦੀ ਵੀ ਆਪਾਂ ਗੱਲ ਕਰਾਂਗੇ, ਮਾਡਲ ਜੇ ਹੈਗਾ ਜੀ 2018, 5,75,000 ਰੁਪਈਆ ਡਿਮਾਂਡ ਆ, ਬਾਕੀ ਇੰਜਣ ਗੇਅਰ ਅਤੇ ਟਾਇਰਾਂ ਵਾਲੇ ਪਾਸੇ ਪੂਰੀ ਗੁੱਡ ਕੰਡੀਸ਼ਨ ਹੈ ਜੀ ਟਰੈਕਟਰ ਦੀ। ਉਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ 60 ਦਾ RX, ਠੀਕ ਹੈ ਜੀ, ਇਹ ਟਰੈਕਟਰ ਹੈਗਾ ਜੀ 2017 ਮਾਡਲ, 5,70,000 ਰੁਪਈਆ ਡਿਮਾਂਡ ਆ, PV30 ਨੰਬਰ ਆ, ਮੁਕਤਸਰ ਦਾ ਨੰਬਰ ਆ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੈਕ 60 ਦਾ 2015 ਮਾਡਲ, 4,75,000 ਰੁਪਈਆ ਡਿਮਾਂਡ ਆ, ਚਾਰੇ ਟਾਇਰ ਅਤੇ ਇੰਜਨ ਦੇ ਗੇਅਰ ਬਿਲਕੁਲ ਓਕੇ ਆ ਜੀ, ਸਾਫ਼ ਸੁਥਰੇ ਪਏ ਆ। ਉਸ ਤੋਂ ਬਾਅਦ ਟਰੈਕਟਰ ਆ ਗਿਆ ਜੀ ਸਵਰਾਜ 855, ਚਾਰ ਜਿਹੜੇ ਅਗਲੇ ਟਾਇਰ ਆ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ, ਜਿਹੜੇ ਬੈਕ ਟਾਇਰ ਆ 50 ਪੈਸੇ ਆ ਜੀ, 2002 ਮਾਡਲ ਆ, 2,70,000 ਰੁਪਈਆ ਡਿਮਾਂਡ ਆ ਜੀ। ਬਾਕੀ ਤੁਸੀਂ ਇੰਜਨ ਵੀ ਸਾਫ਼ ਪਿਆ ਜੀ। ਅੱਗੇ ਆ ਗਿਆ ਜੀ ਮਹਿੰਦਰਾ 265 DI, 93 ਮਾਡਲ ਆ, 1,58,000 ਰੁਪਈਆ ਡਿਮਾਂਡ ਆ ਜੀ। ਬੈਕ ਟਾਇਰ ਇਹ ਤਾਂ ਸਹੀ ਸਮਝੋ ਜੀ ਇਹਦੇ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855, 2002 ਮਾਡਲ, 2,75,000 ਰੁਪਈਆ ਡਿਮਾਂਡ ਆ, ਇੰਜਣ ਕਲੋਸਕਰ ਅਤੇ 6 ਝਰੀ, ਬਾਕੀ ਤੁਸੀਂ ਵੇਖ ਸਕਦੇ ਹਾਂ। ਬੈਕ ਟਾਇਰ ਇਹਦੇ ਹੈਗੇ ਜੀ 13-6-28 ਦੇ, ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ, ਇੰਜਣ ਗੇਅਰ ਦਾ ਵੀ ਸਾਫ਼ ਆ। ਚਲੋ ਦੋਸਤੋ, ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।